ਅਸੀਂ ਪਹਿਲਾਂ ਵੀ ਇਸ ਤੋਂ 2-3 ਵਾਰੀ ਇਹ ਸਾਰਾ ਬੰਨ ਦੇਖ ਚੁੱਕੇ ਹਾਂ। ਉਦੋਂ ਜਿਹੜੇ ਕੰਮ ਕਰਵਾਉਣ ਵਾਲੇ ਸੀ ਉਹ ਕੰਪਲੀਟ ਕਰਵਾ ਦਿੱਤੇ ਸੀ, ਔਰ ਮੋਗੇ ਜ਼ਿਲ੍ਹੇ ਦਾ ਸਾਰਾ ਹੀ ਜਿਹੜਾ ਇਹ ਬੰਨ ਹੈ ਕਾਫੀ ਸੇਫ ਹੈ। ਇਸ ਤੋਂ ਹਜੇ ਪਾਣੀ ਕਾਫੀ ਨੀਚੇ ਹੈਗਾ, ਪਰ ਪਿੱਛੇ ਅਸੀਂ ਜਾ ਕੇ ਆਏ ਹਾਂ ਲੁਧਿਆਣੇ ਦੇ ਏਰੀਏ 'ਚ, ਉੱਥੇ ਥੋੜ੍ਹਾ ਜਿਹਾ ਉਹ ਡਾਊਨ ਹੈ ਉਹ ਏਰੀਆ ਬੰਨ ਦਾ, ਉੱਥੇ ਫੁੱਟਕ ਦਾ ਫਰਕ ਸੀਗਾ ਪਾਣੀ ਦਾ, ਇੱਧਰ 2-2, 3-3 ਫੁੱਟ ਦਾ ਵੀ ਹੈਗਾ। ਅਜੇ ਤਾਂ ਘਬਰਾਉਣ ਵਾਲੀ ਕੋਈ ਗੱਲ ਨਹੀਂ, ਬਟ ਜੇ ਇਸ ਤੋਂ ਜ਼ਿਆਦਾ ਪਾਣੀ ਵੱਧਦਾ ਤਾਂ ਫਿਰ ਨੇੜੇ ਨੇੜੇ ਰਹਿਣ ਵਾਲਿਆਂ ਨੂੰ ਥੋੜ੍ਹਾ ਜਿਹਾ ਇਹ ਹੋ ਸਕਦਾ ਕਿ ਪਾਣੀ ਓਵਰਫਲੋ ਕਰ ਜਾਵੇ। ਬਾਕੀ ਸਾਰੇ ਪਿੰਡਾਂ ਦੇ ਵਿੱਚ ਅਨਾਊਂਸਮੈਂਟ ਕਰਵਾ ਦਿੱਤੀ ਸੀ, ਰਾਤ ਦੇ ਠੀਕਰੀ ਪੈਰਿਆਂ ਦਾ ਵੀ ਅਸੀਂ ਆਰਡਰਸ ਕਰ ਦਿੱਤੇ ਨੇ ਕਿ ਰਾਤ ਨੂੰ ਵੀ ਲੋਕ ਜਾਗਦੇ ਰਹਿਣ, ਕਿਉਂਕਿ ਰਾਤ ਬਰਾਤੇ ਜਦੋਂ ਪਾਣੀ ਵੱਧ ਜਾਂਦਾ ਕਈ ਵਾਰੀ ਅਚਾਨਕ ਹੀ ਆ ਜਾਂਦਾ। ਇਸ ਤੋਂ ਇਲਾਵਾ ਜੇਕਰ ਫਲੱਡਿੰਗ ਦੀ ਕੋਈ ਸਥਿਤੀ ਬਣਦੀ ਹੈ ਤਾਂ ਪੈਨਿਕ ਕਰਨ ਵਾਲੀ ਬਿਲਕੁਲ ਗੱਲ ਨਹੀਂ ਹੈਗੀ, ਸਾਰਾ ਪ੍ਰਸ਼ਾਸਨ ਸਾਰੀ ਸਰਕਾਰ ਲੋਕਾਂ ਦੇ ਨਾਲ ਹੈ, ਅਤੇ ਅਸੀਂ ਸਾਰੇ ਪ੍ਰਬੰਧ ਕੀਤੇ ਹੋਏ ਨੇ, ਜਿਵੇਂ ਰਿਲੀਫ ਸੈਂਟਰਸ ਬਣਾਏ ਹੋਏ ਨੇ, ਇਵੈਕੂਏਸ਼ਨ ਦੇ ਪ੍ਰਬੰਧ ਹੈਗੇ ਨੇ, ਉੱਥੇ ਪਸ਼ੂਆਂ ਨੂੰ ਕੱਢਣ ਦੇ, ਦਵਾਈ ਬੂਟੀ ਦੇ, ਹਰੇ ਚਾਰੇ ਦੇ ਸਭ ਪ੍ਰਬੰਧ ਸਾਡੇ ਵੱਲੋਂ ਕੀਤੇ ਜਾਣਗੇ। ਅਤੇ ਤੁਹਾਡੇ ਰਾਹੀਂ ਮੇਰੀ ਸਾਰੇ ਲੋਕਾਂ ਨੂੰ ਜਿਹੜੇ ਦਰਿਆ ਦੇ ਨੇੜੇ ਰਹਿੰਦੇ ਨੇ ਉਹਨਾਂ ਨੂੰ ਅਪੀਲ ਹੈ ਕਿ ਉਹ ਖੁਦ ਥੋੜ੍ਹੇ ਜੇ ਇਸ ਗੱਲ ਪ੍ਰਤੀ ਵਾਚਫੁੱਲ ਰਹਿਣ ਕਿ ਕਿਸੇ ਮੌਕੇ ਪਾਣੀ ਵੱਧ ਤਾਂ ਨਹੀਂ ਰਿਹਾ, ਕਿਧਰੇ ਦਰਿਆ ਦੇ ਨੇੜੇ ਨਾ ਉਹ ਜਾਣ, ਜਾਂ ਫਿਰ ਲਗਾਤਾਰ ਬਾਰਿਸ਼ ਹੋ ਰਹੀ ਹੈ ਉਹਦੇ ਨਾਲ ਛੱਤਾਂ ਜਿਹੜੀਆਂ ਨੇ ਉੱਪਰੋਂ ਕੱਚੀਆਂ ਹੁੰਦੀਆਂ ਨੇ ਉਹਨਾਂ ਦੇ 'ਚ ਪਾਣੀ ਰਿਸ ਜਾਂਦਾ, ਕੋਈ ਅਨਸੇਫ ਬਿਲਡਿੰਗ ਆ ਉਹਦਾ ਡਿੱਗਣ ਦਾ ਖਤਰਾ ਬਣ ਜਾਂਦਾ, ਉਹੋ ਜਿਹੀਆਂ ਥਾਵਾਂ 'ਤੇ ਨਾ ਜਾਣ। ਔਰ ਆਪਣੇ ਵੱਲੋਂ ਇਤਿਹਾਸ ਰੱਖਣ ਸਾਰੀ, ਸਾਡੇ ਵੱਲੋਂ ਇੰਤਜ਼ਾਮ ਪੂਰੇ ਨੇ। ਸਕੂਲਾਂ ਦੀ ਜੇ ਗੱਲ ਕੀਤੀ ਜਾਵੇ, ਬੱਚਿਆਂ ਦੀਆਂ ਸਕੂਲਾਂ ਛੁੱਟੀਆਂ ਕੁਛ ਕੀਤੀਆਂ ਗਈਆਂ ਮੋਗਾ ਜ਼ਿਲ੍ਹੇ ਦੇ ਵਿੱਚ? ਹਾਂ, ਕਿਉਂਕਿ ਆਪਾਂ ਦੇਖ ਰਹੇ ਹਾਂ ਕਿ ਰੋਪੜ, ਪਟਿਆਲਾ, ਮੋਹਾਲੀ, ਸੰਗਰੂਰ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਜਿੱਧਰ ਘੱਗਰ ਦਾ ਪਾਣੀ ਜਾਂਦਾ ਹੈ ਉੱਥੇ ਕਾਫੀ ਹਾਲ ਮਾੜਾ ਹੋ ਗਿਆ ਸੀਗਾ, ਬਹੁਤ ਸਾਰੇ ਪਿੰਡਾਂ ਦੇ ਵਿੱਚ ਪਾਣੀ ਆ ਗਿਆ, ਸਕੂਲਾਂ ਦੇ ਵਿੱਚ ਪਾਣੀ ਆ ਗਿਆ, ਤਾਂ ਉੱਥੇ ਕੱਲ੍ਹ ਹੀ ਕਈ ਡੀਸੀਜ਼ ਨੇ ਛੁੱਟੀਆਂ ਕਰ ਦਿੱਤੀਆਂ ਸੀਗੀਆਂ, ਬਟ ਆਪਣੇ ਸਾਰਾ ਕੁਝ ਠੀਕ ਸੀਗਾ ਇਸ ਕਰਕੇ ਆਪਾਂ ਨਹੀਂ ਕੀਤੀ ਸੀਗੀ, ਬਟ ਪੰਜਾਬ ਸਰਕਾਰ ਵੱਲੋਂ ਹੁਣ ਅਗਲੇ 3-4 ਦਿਨਾਂ ਲਈ ਸਕੂਲਾਂ ਦੇ ਵਿੱਚ ਛੁੱਟੀਆਂ ਕਰ ਦਿੱਤੀਆਂ ਨੇ 13 ਤੱਕ, ਅਤੇ ਗਵਰਨਮੈਂਟ ਵੱਲੋਂ ਇਹ ਇੰਪਾਵਰ ਕੀਤੇ ਗਏ ਨੇ, ਸਾਰੇ ਡੀਸੀਜ਼ ਨੂੰ ਅਖਤਿਆਰ ਦਿੱਤੇ ਗਏ ਨੇ ਕਿ ਇੱਥੋਂ ਦੀ ਸਥਿਤੀ ਮੁਤਾਬਕ, ਜ਼ਿਲ੍ਹੇ ਦੀ ਸਥਿਤੀ ਮੁਤਾਬਕ ਕੋਈ ਵੀ ਫੈਸਲਾ ਲਿਆ ਜਾ ਸਕਦਾ। ਜੇ ਕੋਈ ਇਸ ਤਰ੍ਹਾਂ ਦੀ ਗੱਲ ਹੁੰਦੀ ਹੈ ਕਿ ਆਪਣੇ ਜ਼ਿਲ੍ਹੇ 'ਚ ਇਕੱਲੇ 'ਚ ਕਰਨ ਵਾਲਾ ਕੁਛ ਹੋਵੇ, ਛੁੱਟੀਆਂ ਕਰਨੀਆਂ ਨੇ ਜਾਂ ਕੋਈ ਹੋਰ ਇੰਸਟੀਟਿਊਸ਼ਨ ਬੰਦ ਕਰਨੀ ਹੈ, ਉਹ ਆਪਾਂ ਹੀ ਕਰ ਸਕਦੇ ਹਾਂ। ਵਾਟਰ ਆਊਟਲੈਟਸ ਹੈ, ਰਿਵਰਸ ਹੈ, ਚੈਨਲਸ ਹੈ, ਸਭੀ ਮੇ ਉਸਮੇ ਪਾਣੀ ਆ ਰਹਾ ਹੈ। ਔਰ ਜੋ ਸਾਡੇ ਲੋਕਲ ਪੁਲਿਸ ਹੈ, ਸਿਵਲ ਐਡਮਿਨਿਸਟ੍ਰੇਸ਼ਨ ਕੇ ਸਾਥ ਪੂਰੀ ਤਾਲਮੇਲ 'ਚ ਨੇ, ਔਰ ਸਾਡੇ ਪੈਟਰੋਲਿੰਗ ਪਾਰਟੀਆਂ ਵੀ ਬਣੇ ਹੋਏ ਹੈ, ਅਸੀਂ ਇੱਕ ਆਰਜ਼ੀ ਤੌਰ 'ਤੇ ਕੰਟਰੋਲ ਰੂਮ ਵੀ ਇੱਥੇ ਐਸਟੈਬਲਿਸ਼ ਕੀਤੇ ਹੋਏ ਨੇ, ਸੋ ਦੈਟ ਅਸੀਂ ਮੋਨੀਟਰ ਕਰਕੇ ਨਾਲ ਨਾਲ ਅਸੀਂ ਐਕਸ਼ਨ ਲੈ ਸਕਦੇ ਹਾਂ। ਬਾਕੀ ਜਿਵੇਂ ਡੀਸੀ ਸਾਹਿਬ ਨਾਲ ਵੀ ਗੱਲ ਹੋਈ ਸੀ, ਤੁਹਾਡੀ ਰੀਹੈਬਲੀਟੇਸ਼ਨ ਸੈਂਟਰ ਵੀ ਆਪਾਂ ਬਣਾ ਕੇ ਰੱਖੇ ਹੈ, ਐਂਡ ਅਸੀਂ ਵੀ ਨਾਲ ਨਾਲ ਫੋਲੋਅਪ ਕਰ ਰਹੇ ਹਾਂ। ਸਾਡੇ ਮੇਨ ਫੋਕਸ ਹੈ ਇਸ ਤਰਫ ਕਿ ਇਸ ਵਿਲੇਜ 'ਚ ਕਿ ਜਿਹੜਾ ਕੋਈ ਕਿਸੇ ਦੀ ਜਾਨੀ ਮਾਲ ਦੀ ਨਾ ਨੁਕਸਾਨ ਨਾ ਹੋਵੇ।